ਬਾਤ ਕਿਹਨੂੰ ਕਹਿ ਰਹੇ ਆ ਕਿੰਨੀ ਨੂੰ ਕਿ ਤੂੰ ਨਾ ਡਰੀ ਹੁਣ ਤੇਰਾ ਅਸੀਂ ਫੈਸਲਾ ਕਰ ਲਿਆ ਤੂੰ ਤਾਂ ਬਚ ਗਿਆ ਜਾਂ ਮੈਨੂੰ ਕਹਿਣ ਲੱਗਦਾ ਰਾਜੇ ਵੜਿੰਗ ਨੂੰ ਕਹਿ ਰਹੇ ਕਿਉਂਕਿ ਰਾਜੇ ਵੜਿੰਗ ਦੀ ਇਹ ਬੱਚਾ ਦੀ ਇਨਕੁਆਇਰੀ ਆ ਅਸੀਂ ਤਾਂ ਭਾਵੇਂ ਮਨਪ੍ਰੀਤ ਜੀ ਨੇ ਦਾਤੀ ਦਿੱਤਾ ਰਾਤ ਨੂੰ ਕਿਵੇਂ ਗਿਆ ਸੀਗਾ ਪਰ ਮੈਂ ਵੀ ਤੁਹਾਨੂੰ ਦੱਸ ਦੇਣਾ ਮਨਪ੍ਰੀਤ ਜੀ ਨੇ ਹਲੇ ਪੂਰੀ ਗੱਲ ਨਹੀਂ ਪਤਾ ਮਨਪ੍ਰੀਤ ਜੀ ਤੁਹਾਨੂੰ ਇੱਕ ਬੜਾ ਵੱਡਾ ਸਿੰਗਰ ਹੈ ਪੰਜਾਬ ਦਾ ਮੈਂ ਉਹਦਾ ਬੜਾ ਸਤਿਕਾਰ ਕਰਦਾ ਉਹਨਾਂ ਦਾ ਉਹਨਾਂ ਨੇ ਭਗਵੰਤ ਮਾਨ ਨਾਲ ਮਕਾਈ ਸੀ ਬੱਚਾ ਦੀ ਇਨਕੁਆਇਰੀ ਬਾਟੀਆਂ ਦੀ ਨਾ ਕਰੇ ਕਿਉਂਕਿ ਜੇ ਬਾਟੀਆਂ ਦੀ ਇਨਕੁਆਇਰੀ ਹੋ ਗਈ ਇਹਦੀ ਬਾਡੀ ਹਿਲ ਜਾਣੀ ਇਹਦੀ ਬਾਡੀ ਦੀ ਅਲਾਈਨਮੈਂਟ ਜਮਾ ਆਊਟ ਹੋ ਜਾਣੀ ਹੈ ਕਿਉਂਕਿ ਕੰਮ ਇੱਡਾ ਗੜਬੜ ਹੋਇਆ ਚੋਣਾਂ ਇਹਨਾਂ ਤੋਂ ਨਾ ਆਸ ਰੱਖਿਓ ਇਹਨਾਂ ਨੇ ਤੁਹਾਨੂੰ ਜਸਟਿਸ ਦਵਾਉਣਾ ਹੁਣ ਇਹ ਰਲ ਗਏ ਆ ਸਾਰੇ ਜਿਨ੍ਹਾਂ ਨੇ ਤੁਹਾਡੀ ਸਿਕਿਉਰਿਟੀ ਵਿਡਰਾਅ ਕੀਤੀ ਜਿਨ੍ਹਾਂ ਨੇ ਤੁਹਾਡੇ ਨਾਲ ਕੀਤਾ ਹਾਂ ਇਹ ਜ਼ਰੂਰ ਹੈ ਇੰਡੀਆ ਵਾਲਿਆਂ ਨੂੰ ਆਹ ਵੇਖੋ ਕਿੱਡੀ ਸੋਹਣੀ ਤਸਵੀਰ ਆਈ ਹੈ ਆਹ ਵੇਖੋ ਮੈਂ ਤਾਂ ਆਹਦਾ ਗੋਲੇ ਵੀ ਮਾਰੇ ਇਹਨਾਂ ਦੋਵਾਂ ਤੇ ਆਹ ਭਾਈ ਸਾਹਿਬ ਤੇ ਇਹਨਾਂ ਤੇ ਕੌਣ ਕਰ ਰਿਹਾ ਰਾਹੁਲ ਗਾਂਧੀ ਕਾਂਗਰਸ ਤੇ ਵਿੱਚ ਵੇਖੋ ਲਿਖਿਆ ਕੀ ਹੈ ਡਰੋ ਮਤ ਹੁਣ ਇਹ ਡਰੋ ਮਤ ਕਿਹਨੂੰ ਕਹਿ ਰਹੇ ਆ ਚੰਨੀ ਨੂੰ ਕਿ ਤੂੰ ਨਾ ਡਰੀ ਹੁਣ ਤੇਰਾ ਅਸੀਂ ਫੈਸਲਾ ਕਰ ਲਿਆ ਤੂੰ ਤਾਂ ਬਚ ਗਿਆ ਜਾਂ ਮੈਨੂੰ ਕਹਿਣ ਲੱਗਦਾ ਰਾਜੇ ਵੜਿੰਗ ਨੂੰ ਕਹਿ ਰਹੇ ਕਿਉਂਕਿ ਰਾਜੇ ਵੜਿੰਗ ਦੀ ਬੱਚਾ ਦੀ ਇਨਕੁਆਇਰੀ ਆ ਤੂੰ ਤਾਂ ਭਾਵੇਂ ਮਨਪ੍ਰੀਤ ਜੀ ਨੇ ਦਾਸੀ ਦਿੱਤਾ ਰਾਤ ਨੂੰ ਕਿਵੇਂ ਗਿਆ ਸੀਗਾ ਔਰ ਮੈਂ ਵੀ ਤੁਹਾਨੂੰ ਦੱਸ ਦੇਣਾ ਮਨਪ੍ਰੀਤ ਜੀ ਨੇ ਹਲੇ ਪੂਰੀ ਗੱਲ ਨਹੀਂ ਪਤਾ ਮਨਪ੍ਰੀਤ ਜੀ ਤੁਹਾਨੂੰ ਇੱਕ ਬੜਾ ਵੱਡਾ ਸਿੰਗਰ ਹੈ ਪੰਜਾਬ ਦਾ ਮੈਂ ਉਹਦਾ ਬੜਾ ਸਤਿਕਾਰ ਕਰਦਾ ਉਹਨਾਂ ਦਾ ਉਹਨਾਂ ਨੇ ਭਗਵੰਤ ਮਾਨ ਨਾਲ ਮਕਾਈ ਸੀ ਇਹਦੀ ਕਿ ਬੱਚਾ ਦੀ ਇਨਕੁਆਇਰੀ ਬਾਡੀਆਂ ਦੀ ਨਾ ਕਰਿਓ ਕਿਉਂਕਿ ਜੇ ਬਾਡੀਆਂ ਦੀ ਇਨਕੁਆਇਰੀ ਹੋ ਗਈ ਇਹਦੀ ਬਾਡੀ ਹਿਲ ਜਾਣੀ ਹੈ ਇਹਦੀ ਬਾਡੀ ਦੀ ਅਲਾਈਨਮੈਂਟ ਜਮਾ ਆਊਟ ਹੋ ਜਾਣੀ ਹੈ ਕਿਉਂਕਿ ਕੰਮ ਏਡਾ ਗੜਬੜ ਹੋਇਆ ਔਰ ਇਹ ਕਿੱਡਾ ਸਿਆਣਾ ਉਹ ਵੇਲੇ ਹੀ ਕਹਿ ਰਿਹਾ ਡਰੋ ਮਤ ਕਿ ਨਾ ਚੰਨੀ ਤੈਨੂੰ ਡਰਨ ਦੀ ਲੋੜ ਹੈ ਨਾ ਸੁੱਖੀ ਤੈਨੂੰ ਡਰਨ ਦੀ ਲੋੜ ਹੈ ਤੇ ਨਾ ਰਾਜੇ ਵੜਿੰਗ ਤੈਨੂੰ ਡਰਨ ਦੀ ਲੋੜ ਹੈ ਮੈਂ ਇਹਨਾਂ ਨਾਲ ਸਮਝੌਤਾ ਕਰ ਲਿਆ ਤੇ ਸਾਡਾ ਸਮਝੌਤਾ ਹੋ ਜਾਣਾ ਤੇ ਤੈਨੂੰ ਆਹ ਰਾਜੇ ਵੜਿੰਗ ਦਾ ਤਾਂ ਮੈਨੂੰ ਲੱਗਦਾ ਉਹ ਤੁਸੀਂ ਜਿੰਨੇ ਵੀ ਇਹਨਾਂ ਦੇ ਧਰਨੇ ਲੱਗਦੇ ਤੁਸੀਂ ਵੇਖ ਹੀ ਲਓ ਬੜੀ ਗੋਲਮੋਲ ਜੀ ਗੱਲ ਕਰਦਾ ਕਿਉਂਕਿ ਇੰਟਰਨਲ ਸੈਟਲਮੈਂਟ ਇਹ ਹੈ ਕਿ ਇਸ ਸਰਕਾਰ 'ਚ ਰਾਜੇ ਵੜਿੰਗ ਸਾਹਿਬ ਨੂੰ ਸ਼ਾਇਦ ਕੋਈ ਅਹੁਦਾ ਵਧੀਆ ਸਰਕਾਰ ਦਾ ਮਿਲ ਜਾਣਾ ਕੋਈ ਮੰਤਰੀ ਦਾ ਜਾਂ ਫਿਰ ਇਹ ਬੱਸਾਂ ਦੀ ਬਾਡੀ ਲਾਉਣ ਤਾਂ ਕਿਉਂਕਿ ਜਿਹੜੀਆਂ ਬੱਸਾਂ ਦੀ ਬਾਡੀ ਇਹਨਾਂ ਨੇ ਲਵਾ ਛੱਡੀਆਂ ਉਹ ਦੂਜਿਆਂ ਤੋਂ ਤਾਂ ਲੱਗਣੀ ਨਹੀਂ ਹੁਣ ਤੇ ਸ਼ਾਇਦ ਉਹ ਮੁੱਲ ਜਾਣਾ ਜਾਂ ਡਿਪਟੀ ਸੀ ਦਾ ਤੇ ਦੂਜਿਆਂ ਨੂੰ ਐਮ ਦੀ ਗੱਲ ਬਣ ਜਾਣੀ ਜਿਹੜੇ ਜਿਹੜੇ ਐਮ ਇਹਨਾਂ ਦੇ ਹੱਕ 'ਚ ਆ ਪੰਜ ਸੱਤ ਐਮ ਨੇ ਔਰ ਉਹਨਾਂ 'ਚੋਂ ਪ੍ਰਮੁੱਖ ਤਾਂ ਤੇਰਾ ਯਾਰ ਆ ਵਿਸ਼ਾਲ ਲੁਧਿਆਣੇ ਵਾਲਾ ਉਹ ਤਾਂ ਜਦੋਂ ਵੇਖ ਲਓ ਤਾਂ ਐਂ ਲੱਗਦਾ ਜਿਵੇਂ ਮਨਵਿੰਦਰ ਕੰਗ ਦੀ ਜਗ੍ਹਾ ਉਹਨੂੰ ਹੀ ਸਪੋਕਸਪਰਸਨ ਲਾਤਾ ਭਗਵੰਤ ਮਾਨ ਦਾ ਜਦੋਂ ਉਹਨੂੰ ਮੌਕਾ ਮਿਲਦਾ ਇੰਨਾ ਤਾਂ ਉਹ ਵਿਚਾਰੇ ਮਲਵਿੰਦਰ ਕੰਗ ਤੋਂ ਚਮਚੀ ਨਹੀਂ ਮਾਰੀ ਜਾਂਦੀ ਜਿੰਨੀ ਉਹ ਮਾਰੀ ਜਾਂਦਾ ਬਿੱਟੂ ਇਹ ਜੇ ਕਈ ਨੇ ਇਸ ਲਈ ਇਹਨਾਂ ਨੂੰ ਵਧਾਈ ਆ ਕਿ ਭਾਈ ਤੁਹਾਡਾ ਸਮਝੌਤਾ ਹੋ ਗਿਆ ਆਹ ਵੀਡੀਓ ਆ ਗਈ ਮੈਂ ਤਾਂ ਅੱਜ ਮੂਸੇ ਵਾਲਾ ਪਰਿਵਾਰ ਨੂੰ ਪੁੱਛਣਾ ਚਾਹੁੰਦਾ ਇਹਨਾਂ ਤੋਂ ਨਾ ਆਸ ਰੱਖਿਓ ਕੋਈ ਇਹਨਾਂ ਨੇ ਨਹੀਂ ਤੁਹਾਨੂੰ ਜਸਟਿਸ ਦਵਾਉਣਾ ਹੁਣ ਇਹ ਰਲ ਗਏ ਆ ਸਾਰੇ ਜਿਨ੍ਹਾਂ ਨੇ ਤੁਹਾਡੀ ਸਿਕਿਉਰਿਟੀ ਵਿਡਰਾਅ ਕੀਤੀ ਜਿਨ੍ਹਾਂ ਨੇ ਤੁਹਾਡੇ ਨਾਲ ਕੀਤਾ ਹਾਂ ਇਹ ਜ਼ਰੂਰ ਹੈ ਆਹ ਕਿੱਕੀ ਵਰਗੇ ਸਾਡੇ ਕਿੱਕੀ ਸਾਹਿਬ ਹੋ ਗਏ ਸੋਨੀ ਸਾਹਿਬ ਹੋ ਗਏ ਆਸ਼ੂ ਜੀ ਹੋ ਗਏ ਇੱਕ ਧਰਮਸੋਤ ਹੋ ਗਿਆ ਹੋਰ ਕਿਹੜਾ ਅੰਦਰ ਦਿੱਤਾ ਸੀ ਜੀ ਖਹਿਰਾ ਹੋ ਗਿਆ ਜਾਂ ਬਾਜਵਾ ਜੀ ਹੋ ਗਏ ਤੁਸੀਂ ਆਪਦਾ ਇਲਾਜ ਵੇਖ ਲਓ ਤੁਸੀਂ ਆਪਦੀ ਜਾਨ ਕਿਵੇਂ ਬਚਾਉਣੀ ਹੈ ਇਹ ਤਾਂ ਜਿਹੜਾ ਕਹਿ ਰਿਹਾ ਡਰੋ ਮਤ ਇਹ ਤਾਂ ਹੁਣ ਅਗਲਿਆਂ ਦੀ ਕਹਿ ਰਿਹਾ ਜਿਹਨਾਂ ਦੀ ਇਨਕੁਆਇਰੀ ਖੁੱਲ੍ਹ ਸਕਦੀ ਭਾਈ ਤੁਸੀਂ ਨਾ ਡਰੋ ਬਾਕੀ ਇਹਨਾਂ ਦੀ ਗੱਲ ਅਸੀਂ ਮੁਕਾ ਲਈਏ ਇਸ ਲਈ ਸਰਕਾਰ 'ਚ ਹੁਣ ਹਿੱਸੇਦਾਰੀ ਆਉਣ ਸਪੀਕਰ ਸਾਹਿਬ ਨੂੰ ਮੈਨੂੰ ਮੈਂ ਫਿਰ ਰਿਕੁਐਸਟ ਕਰਦਾ ਮੈਂ ਤੁਹਾਨੂੰ ਚਿੱਠੀ ਲਿਖੀ ਸੀ ਤੁਹਾਡੀ ਵੀ ਮਜਬੂਰੀਆਂ ਨੇ ਮਗਰ ਹੁਣ ਕਾਹਦੀ ਮਜਬੂਰੀ ਰਹਿ ਗਈ ਜਦੋਂ ਗੱਲ ਵਕੜੀਆਂ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਆ ਭਗਵੰਤ ਮਾਨ ਦੀ ਤੇ ਆਪਣੇ ਦੀ ਕੇਜਰੀਵਾਲ ਸਾਹਿਬ ਦੀ ਪੈ ਗਈ ਤੁਸੀਂ ਇਕੱਠੇ ਬਿਠਾ ਦਿਓ ਇਹਨਾਂ ਨੂੰ ਵਿਧਾਨ ਸਭਾ 'ਚ ਮਗਰ ਪੰਜਾਬ ਦੇ ਲੋਕ ਸੁਚੇਤ ਹੋ ਜਾਣ ਦੈਟ ਦਿਸ ਇਜ਼ ਬਿਕਮ ਦ ਰੂਲਿੰਗ ਪਾਰਟੀ ਆਪ ਐਂਡ ਕਾਂਗਰਸ ਇਹਨਾਂ ਨੇ ਲੋਕਾਂ ਦੇ ਮੁੱਦੇ ਹੁਣ ਨਹੀਂ ਉਠਾਉਣੇ ਇਹ ਕੰਪਰੋਮਾਈਜ਼ ਹੋ ਗਏ।